ਮੌਸਮ ਦੀ ਤਾਜ਼ਾ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਚੰਡੀਗੜ੍ਹ ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਅੱਜ ਤੇ ਕੱਲ ਨੂੰ ਬੱਦਲ ਰੱਜ ਕੇ ਵਰਨਗੇ ਤੇ ਰੱਜ ਕੇ ਹੀ ਮੀਂਹ ਪਊਗਾ ਇਸ ਕਰਕੇ 8 ਜੁਲਾਈ ਨੂੰ ਯਾਨੀ ਕਿ ਅੱਜ ਮਾਝਾ ਤੇ ਦੁਆਬਾ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪੱਛਮੀ ਤੇ ਪੂਰਬੀ ਮਾਲਵਾ ਦੇ ਵਿੱਚ ਭਾਰੀ ਮੀਂਹ ਪੈਣ ਦਾ yellow ਅਲਰਟ ਜਾਰੀ ਹੋਇਆ ਹੈ ਕੱਲੂ ਫੇਰ ਪਾਰੀ ਤੇ ਦਰਮਿਆਨਾ ਮੀਂਹ ਪੈਣ ਦਾ yellow alert ਹੈ ਤੇ ਪਰਸੋਂ 10 ਜੁਲਾਈ ਨੂੰ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਜ਼ਿਆਦਾਤਰ ਹਲਕੇ ਤੋਂ ਦਰਮਿਆਨਾ ਮੀਂਹ ਪਊਗਾ ਪੱਛਮੀ ਮਾਲਵਾ 'ਚ ਕਿਤੇ ਕਿਤੇ ਕਿਣਮਣ ਤੇ ਮਾਝਾ ਖੁਸ਼ਕ ਰਹੂਗਾ ਫਿਰ 11 ਜੁਲਾਈ ਨੂੰ ਮਾਝਾ ਦੁਆਬਾ ਤੇ ਪੂਰਬੀ ਮਾਲਵਾ 'ਚ ਕਿਤੇ ਕਿਤੇ ਹਲਕਾ ਮੀਂਹ ਜਦਕਿ ਪੱਛਮੀ ਮਾਲਵਾ ਖੁਸ਼ਕ ਰਹੇਗਾ ਦੋ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸੂਬੇ ਦੇ ਵਿੱਚ ਬਿਜਲੀ ਦੀ ਮੰਗ ਘਟ ਗਈ ਹੈ ਇਸ ਕਰਕੇ ਪਾਵਰਕਾਮ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟਾਂ ਦਾ ਬਿਜਲੀ ਉਤਪਾਦਨ ਬੰਦ ਕਰ ਦਿੱਤਾ ਹੈ ਦੋ ਦੀ ਸਮਰੱਥਾ ਘਟਾ ਦਿੱਤੀ ਹੈ ਉੱਧਰ ਕਸ਼ਮੀਰ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਕੱਲ ਅਮਰਨਾਥ ਯਾਤਰਾ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਅਮਰਨਾਥ ਗੁਫਾ ਵੱਲ ਜਾਂਦੇ ਬਾਲਟਾਲ ਮਾਰਗ ਤੇ ਮੀਂਹ ਤੋਂ ਬਾਅਦ ਢਿੱਗਾਂ ਡਿਗਣ ਕਰਕੇ ਰਾਹ ਬੰਦ ਹੋ ਗਿਆ ਹੈ ਇਸ ਕਰਕੇ ਪੈਲਗਾਮ ਇਲਾਕੇ ਦੇ ਵਿੱਚੋਂ ਜਿਹੜੀ ਜਿਹੜਾ ਰਾਹ ਜਾਂਦਾ ਹੈ ਅਮਰਨਾਥ ਯਾਤਰਾ ਨੂੰ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਮੌਸਮ ਠੀਕ ਹੋਣ ਤੇ ਯਾਤਰਾ ਮੁੜ ਸ਼ੁਰੂ ਕੀਤੀ ਜਾਏਗੀ ਕਸ਼ਮੀਰ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਕਰਕੇ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ ਬਾਲਟਾਲ ਤੇ ਪੈਲਗਾਮ ਦੋਵਾਂ ਮਾਰਗਾਂ ਤੇ ਯਾਤਰਾ ਰੋਕ ਦਿੱਤੀ ਗਈ ਹੈ ਸਵੇਰੇ ਕਿਸੇ ਵੀ ਸ਼ਰਧਾਲੂ ਨੂੰ ਗੁਫ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਈ ਸ਼ਰਧਾਲੂਆਂ ਦੀ ਉਚਾਈ ਕਰਕੇ ਹਾਲਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੌਕੇ ਤੇ ਡਾਕਟਰੀ ਸਹਾਇਤਾ ਤੇ ਆਕਸੀਜਨ ਵੀ ਦਿੱਤੀ ਗਈ ਪੰਜਾਬ ਦੀ ਐਨਆਰਆਈ ਮਾਮਲਿਆਂ ਦੀ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਫਸੇ ਹਰੇਕ ਪੰਜਾਬੀ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਲਈ ਹਰ ਲੋੜੀਂਦਾ ਕਦਮ ਚੁੱਕੇਗੀ ਵਿਦਿਆਰਥੀਆਂ ਨਾਲ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟਾ ਖਿਲਾਫ ਸਖਤੀ ਵੀ ਵਰਤੀ ਜਾਵੇਗੀ ਇਸ ਸਬੰਧੀ 11 ਜੁਲਾਈ ਨੂੰ ਇੱਕ ਖਾਸ ਮੀਟਿੰਗ ਵੀ ਸੱਦੀ ਗਈ ਹੈ ਜਿਸ ਵਿੱਚ ਟਰੈਵਲ ਏਜੰਟਾ ਵੱਲੋਂ ਮਾਰੀਆਂ ਜਾ ਰਹੀਆਂ ਠੱਗੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਜਾਏਗੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਇਲਸ ਕੇਂਦਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਕਾਰਵਾਈ ਤਹਿਤ ਕੱਲ ਸੰਗਰੂਰ ਦੇ ਵਿੱਚ 11 ਆਇਲਸ ਅਤੇ ਇਮੀਗ੍ਰੇਸ਼ਨ ਕੇਂਦਰ ਪ੍ਰਸ਼ਾਸਨ ਨੇ ਸੀਲ ਕਰ ਦਿੱਤੇ ਵੱਖ-ਵੱਖ ਟੀਮਾਂ ਦੇ ਵੱਲੋਂ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ